दीक्षा तुहाडे गीत दे बारे दो गल्लां जानदे आ साडे जजेस दे कोलों भी कप्तान भाजी। दीक्षा जी सर, तुहाडी वोकल बहुत ही स्वीट, बहुत ही मिठी जी, जिदा असीं बॉलीवुड च कहीए श्रेया घोषाल है ना, मिठा मिठा जिहड़ी स्टूडियो च आपां 90s च सुनिया जिदा अनुराधा पटवाल जी गाउंदे सन, बहुत अच्छा गाया, बहुत ही खूबसूरत गाया, बहुत थैंक यू। ज्योतिका जी, दीक्षा साढ़े वॉइस ऑफ पंजाब के इस सीजन विच जिन्ने भी कंटेस्टेंट्स है ना थोड़ी, उन्होंने सारिया लड़कियों विचों ना बड़ी एक अलग तो प्यारी जी आवाज़ है, तो मैं बहुत अच्छा लगता है तुहानू सुन के इत्थे, ते अज भी तुसी बहुत अच्छा गाया, तो बस मैं यही सोच रही हाँ मेरे नाल दो गल्लां करन वाला कदों आएगा कोई। भाई तू दसो मेरे च कोई कमी है, मैं माड़ी कुड़ी हाँ, ਇਦਾਂ ਰਿਸ਼ਤਾ ਕਰਾਈਏ ਹੁਣ। ਨਹੀਂ ਯਾਰ ਇਦਾਂ ਨਾ ਕਰੋ, ਸਲੀਮ ਸਾਹਿਬ ਚਾਰੀ ਨੂੰ 2-4 ਸਾਲ ਜੀ ਲੈਣ ਦੋ ਅੱਛੇ ਤਰੀਕੇ ਨਾਲ। ਅੱਛਾ ਮਤਲਬ ਆਪਾਂ ਤਿੰਨੇ ਮਾੜੇ ਆ, ਜਿਹੜਾ ਅਸੀਂ ਵਿਆਹ ਕਰਾਇਆ ਚੰਗੀ ਕੁੜੀ ਉਹ ਹੈ, ਮਤਲਬ ਕੀ ਹੈ ਉਹ, ਤੁਸੀਂ ਤਾਂ ਬਹੁਤ ਚੰਗੇ ਤੁਹਾਡਾ ਵਿਆਹ ਹੋ ਗਿਆ। ਮਤਲਬ ਉਹ ਵਿਆਹ ਮਾੜੀ ਚੀਜ਼ ਨਹੀਂ ਹੈ, ਫਿਰ ਵਿਆਹ ਬਹੁਤ ਅੱਛੀ ਚੀਜ਼ ਹੈ, ਲੇਕਿਨ ਨਾ ਇਹ ਬੱਚੀ ਹਜੇ ਸਟਾਰ ਹੋਰ ਵੱਡੀ ਬਣਨੀ ਹੈ, ਇਹਨੇ ਹੋਰ ਬਹੁਤ ਅੱਛੇ ਅੱਛੇ ਕੰਮ ਕਰਨੇ ਹੈ, ਫਿਰ ਕੰਮ ਕਰਕੇ ਉਸ ਤੋਂ ਬਾਅਦ ਉਸ ਤੋਂ ਵੀ ਵੱਡਾ ਕੰਮ ਕਰਨਾ, ਵਿਆਹ ਕਰਾਉਣਾ। ਅੱਛਾ ਮੈਂ ਸਮਝ ਪਾ ਰਹੀ ਹਾਂ ਭਾਜੀ ਕੀ ਕਹਿ ਰਹੇ ਕਿ ਵਿਆਹ ਬਾਅਦ 'ਚ ਕਰਾਈਦਾ, ਪਹਿਲੇ ਕੰਮ ਕਰ ਲਓ ਬਾਅਦ 'ਚ ਹੁੰਦਾ। ਵਿਆਹ ਸਭ ਤੋਂ ਵੱਡਾ ਕੰਮ ਹੈ, ਉਹ ਕੰਮ ਹੈ ਜਿਹੜਾ ਜਿੱਦਾਂ ਕਹਿੰਦੇ ਨਹੀਂ ਮੱਛੀ ਜਿਹੜੀ ਆ ਪੱਥਰ ਚੱਟ ਕੇ ਮੁੜਦੀ ਹੈ, ਅਤੇ ਵਿਆਹ ਜਿਹੜਾ ਉਹ ਪੱਥਰ ਆ, ਅਤੇ ਅਸੀਂ ਨਿੱਕੀਆਂ ਨਿੱਕੀਆਂ ਮੱਛੀਆਂ, ਉਹ ਐਸਾ ਪੱਥਰ ਆ ਉਹਨੂੰ ਚੱਟ ਕੇ ਬੰਦਾ ਉੱਥੇ ਹੀ ਮਰ ਜਾਂਦਾ। ਸਲੀਮ ਭਾਜੀ ਦੇਖੋ ਨਾ ਕਪਲ ਇੱਕ ਸਾਹਮਣੇ ਸਾਡੇ ਬੈਠਾ ਹੀ ਹੋਇਆ, ਉਹਨਾਂ ਕੋਲੋਂ ਪੁੱਛ ਹੀ ਲੈਂਦੇ ਆ, ਉਹਨੂੰ ਪੁੱਛ ਲਓ ਵੀ ਗੋਮਾ, ਦੋਨੇ ਚੀਜ਼ਾਂ ਮੌਜੂਦ ਨੇ ਮੇਰੇ ਉੱਤੇ, ਦੋਨੋਂ ਚੀਜ਼ਾਂ ਮੌਜੂਦ ਨੇ, ਉਹਨੂੰ ਪੁੱਛ ਲਓ ਵੀ ਗੋਮਾ ਕਿੰਨੇ ਦਿਨਾਂ ਦਾ ਪੁੱਛ, ਇੱਕ ਇੱਕ ਕਰਕੇ ਦੋਵਾਂ ਦੇ ਕੋਲੋਂ ਜਾਣਾਂਗੇ ਉਹਨਾਂ ਦਾ ਵਰਡ। ਇੱਕ ਮਿੰਟ ਤੁਸੀਂ ਕਿੰਨਾ, ਇਹ ਸਾਨੂੰ ਜਿਹੜਾ ਇਹਨੇ ਪੱਥਰ ਹੀ ਨਹੀਂ ਚਟਾਇਆ, ਅਸੀਂ ਕੈਨੇਡਾ ਗਏ ਸੀ ਚੰਗੇ ਭਲੇ ਸੀਗੇ, ਵਿਆਹ ਨਹੀਂ ਹੋਇਆ ਸੀ, ਪਰ ਮਾਸਟਰ ਜੀ ਦਾ ਸਲੀਮ ਸਾਹਿਬ ਦਾ ਪਹਿਲਾਂ ਹੀ ਵਿਆਹ ਉਹ ਨਿਬੇੜ ਚੁੱਕੇ ਸੀ ਨਾ ਕੰਮ, ਛੋਟੀ ਉਮਰ 'ਚ ਗਾਉਣ ਲੱਗੇ, ਛੋਟੀ ਉਮਰ 'ਚ ਇਹਨੇ ਪੱਥਰ ਪੁੱਤਰ ਚੱਟ ਚੁੱਟ ਕੇ ਪੱਥਰ ਨੂੰ ਮਰੋੜ ਮਰੋੜ ਹੀ ਦਿੱਤਾ, ਠੀਕ ਹੈ, ਅਤੇ ਫਿਰ ਇਹਨੂੰ ਐਂ ਸੀ ਕਿ ਹੋਰ ਬੰਦਾ ਸੌਖਾ ਨਾ ਰਹਿ ਜੇ, ਜਦੋਂ ਵੀ ਮੈਨੇ ਮੈਂ ਦੀਪ ਤੁਹਾਡੀ ਜੋੜੀ ਬਹੁਤ ਅੱਛੀ ਆ, ਜਾ ਕੇ ਵਿਆਹ ਕਰ ਲਓ, ਠੀਕ ਹੈ। ਸੋ ਇਹ ਭਰਾ ਨੇ ਸਾਡਾ ਵਿਆਹ ਕਰਾਇਆ, ਅਸੀਂ ਬਹੁਤ ਅੱਜ ਉਸ ਵਿਆਹ 'ਤੇ ਅਸੀਂ ਵੀ ਗਏ ਸੀ, ਮੈਂ ਤਾਂ ਜਸੀ ਜੀ ਤੁਹਾਡਾ ਕੀ ਕਹਿਣਾ ਇਸ ਬਾਰੇ, ਇਹ ਸਹੀ ਕਹਿ ਰਹੇ ਨੇ ਸਲੀਮ ਜੀ, ਹੁੰਦਾ ਏਦਾਂ, ਸਹੀ ਕਹਿ ਰਹੇ ਨੇ ਹੁਣ ਮੈਂ ਭਾਜੀ ਨੂੰ ਫੜਾ ਸਾਹਮਣੇ ਆ ਮੇਰੇ, ਇੰਨੇ ਚਿਰ ਬਾਅਦ ਮਿਲੇ ਨੇ, ਅਸੀਂ ਉਸਤਾਦਾਂ ਦੀ ਗੱਲ ਉਲਟਾ ਹੀ ਨਹੀਂ ਸਕਦੇ। ਜੋਤਿਕਾ ਜੀ ਨੂੰ ਮੈਂ ਇਹ ਐਡਵਾਈਸ ਦਊਂਗੀ, ਥੋੜੀ ਦੇਰ ਹੋਰ, ਥੋੜੇ ਸਾਲ ਇੰਜੋਏ ਕਰੋ, ਲਾਈਫ ਹੈ, ਬੱਚੋ ਜਿੰਨਾ ਬਸਤਾ, ਆਦੇ ਵਾਸਤੇ ਕਾਲੀ ਹੈ, ਅਸੀਂ ਤਾਂ ਐਵੇਂ ਮਤਲਬ ਖੁਸ਼ ਹੋਈ ਜਾਂਦੇ ਸੋਚ ਕੇ ਕਦੇ ਸਾਨੂੰ ਮਿਲੇਗਾ ਕੋਈ, ਇਹ ਤਾਂ ਕਹਿੰਦੇ ਲੋੜ ਹੀ ਨਹੀਂ, ਬੱਚੋ ਜਿੰਨਾ ਬਸ ਸਕਦੇ। ਹਾਏ ਹਾਏ, ਚਲੋ ਇਹੀ ਸਹੀ, ਇਹ ਵੀ ਗੱਲ ਸਹੀ ਹੈ। ਬਾਕੀ ਗੱਲ ਇਹ ਹੈ ਕਿ ਮੈਂ ਨਾ ਦੀਕਸ਼ਾ ਤੋਂ ਤਾਂ ਚਲੋ ਕੁਛ ਨਹੀਂ ਕਹਿਣਾ, ਮੈਂ ਸਾਇਰਾ ਤੋਂ ਹੀ ਗਾਣਾ ਸੁਣਨਾ। ਨਹੀਂ ਸਰ, ਨਹੀਂ ਨਹੀਂ ਸਰ, ਹਾਂ ਹਾਂ, ਚੰਨ ਦੀ ਚਾਨਣੀ ਥੱਲੇ ਬਹਿ ਕੇ, ਚੰਨ ਦੀ ਚਾਨਣੀ ਵੈਰੀ ਨਾਈਸ, ਗੋਡ ਬਲੈਸ ਯੂ, ਥੈਂਕ ਯੂ ਜੀ, ਪਲੀਜ਼ ਟੇਕ ਯੂਅਰ ਸੀਟ, ਥੈਂਕ ਯੂ।